ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਮੇਰੇ ਸਾਰੇ ਭੈਣ ਭਰਾਵਾਂ ਦਾ? ਅੱਲਾਹ ਦਾ ਸ਼ੁਕਰ ਮੈਂ ਠੀਕ, ਉਮੀਦ ਕਰਨੀ ਤੁਸੀਂ ਵੀ ਠੀਕ ਹੋ ਮੇਰੇ ਭੈਣ ਭਰਾ। ਜਿੱਥੋਂ ਕਿਤੇ ਮੈਨੂੰ ਵੇਖਣ ਦੇਸ਼ ਪ੍ਰਦੇਸ਼ 'ਚੋਂ ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ, ਤਾਂ ਫਿਰ ਮੈਂ ਕਾਮਯਾਬੀਆਂ, ਤਾਂ ਫਿਰ ਮੈਂ ਲੰਬੀ ਜ਼ਿੰਦਗੀ, ਤਾਂ ਫਿਰ ਮੈਂ ਇਸੇ ਨੇਕ ਬਦਲ ਅੱਜ ਦੀ ਵੀਡੀਓ ਸ਼ੁਰੂ ਕਰਨੀ ਹੈ। ਅਤੇ ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਕਿ ਅਸੀਂ ਚੱਲੇ ਆਪਣੇ ਗਾਰਡਨ ਦੇ ਵਿੱਚ, ਉੱਥੇ ਸਾਡੀਆਂ ਕੁਛ ਸਬਜ਼ੀਆਂ ਹੋਈਆਂ ਅਤੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਤੋੜ ਲਈਏ, ਕਿਉਂਕਿ ਸਬਜ਼ੀਆਂ ਜ਼ਿਆਦਾ ਨਹੀਂ ਲੱਗਦੀਆਂ, ਥੋੜ੍ਹੀਆਂ ਥੋੜ੍ਹੀਆਂ ਰੱਖਦੀਆਂ, ਅਤੇ ਅਗਰ ਉਹਨਾਂ ਨੂੰ ਨਾ ਤੋੜੇ ਤਾਂ ਫਿਰ ਉਹ ਪੱਕ ਜਾਂਦੀਆਂ। ਆ ਜਾਓ ਚੱਲਦੇ ਗਾਰਡਨ ਦੇ ਵਿੱਚ। ਲਓ ਜੀ, ਆ ਵੇਖੋ ਜੀ, ਮਾਸ਼ਾਅੱਲਾ ਸਾਡੇ ਟਮਾਟਰ ਜਿਹੜੇ ਹੈਗੇ ਨੇ ਤਕਰੀਬਨ ਅੱਧਾ ਕਿਲੋ ਤਿੰਨ ਪਾਉਣੇ, ਅਤੇ ਜਿਹੜੀ ਹੈਗੀਆਂ ਨੇ ਭਿੰਡੀਆਂ ਉਹ ਥੋੜ੍ਹੀਆਂ ਗਲੱਥੀਆਂ, ਅੱਗੇ ਵੀ ਇੱਕ ਦਿਨ ਜਿਹੜੀਆਂ ਥੋੜ੍ਹੀਆਂ ਗਲੱਥੀਆਂ ਸੀ, ਅਤੇ ਮੈਂ ਤਵੇ ਦੇ ਉੱਤੇ ਜਿਹੜੀਆਂ ਹੈਗੀਆਂ ਨਾ ਇਹ ਪੈਨ ਦੇ ਵਿੱਚ ਮੈਂ ਫਰਾਈ ਕੀਤੀਆਂ ਸੀ, ਅਤੇ ਬਹੁਤ ਹੀ ਮਜ਼ੇ ਦੀਆਂ ਬਣੀਆਂ ਸੀ। ਘਰ ਦੀ ਜਿਹੜੀ ਸਬਜ਼ੀ ਬਹੁਤ ਹੀ ਮਜ਼ੇ ਦੀ ਬਣਦੀ ਹੈ, ਅਤੇ ਮਾਸ਼ਾਅੱਲਾ ਲਸਣੀ ਹੋ ਗਈ ਸਬਜ਼ੀ ਸ਼ੁਰੂ, ਸਾਡੇ ਬੈਂਗਣ ਵੀ ਤਿੰਨ ਚਾਰ ਲੱਗੇ ਨੇ,
ਇਹ ਉਹ ਹਜੇ ਅਸੀਂ ਨਹੀਂ ਤੋੜੇ ਕਿਉਂਕਿ ਹਜੇ ਹਜੇ ਅਸੀਂ ਨਹੀਂ ਪਕਾਉਣੇ। ਜਿਸ ਦਿਨ ਪਕਾਉਣੇ ਹੋਣਗੇ ਫਿਰ ਬੀਂਗਾਂ ਨਹੀਂ ਤੋੜ ਲਾਂਗੇ, ਕੁਛ ਦੁਕਾਨ ਤੋਂ ਲੈ ਆਵਾਂਗੇ ਅਤੇ ਸਬਜ਼ੀ ਰੱਖਣੀ ਕਿਚਨ ਦੇ ਵਿੱਚ। ਅਤੇ ਇਹ ਵੇਖੋ ਇਹ ਜਿਹੜੇ ਟਮਾਟਰ ਜਿਹੜਾ ਨਾ ਕਿਸੇ ਚੀਜ਼ ਨੇ ਖਾਧਾ ਜੀ। ਅੱਛਾ ਸਾਡੇ ਘਰ ਨਾ ਗਲਹਿਰੀਆਂ ਬੜੀਆਂ ਨੇ, ਜਿਹੜੀਆਂ ਗਲਹਿਰੀਆਂ ਨਾ ਉਹ ਸਾਡੀ ਸਬਜ਼ੀ ਜਿਹੜੀ ਨਾ ਉਹ ਖਾਂਦੀਆਂ ਨੇ, ਹੋ ਸਕਦਾ ਗਲਹਿਰੀਆਂ ਨੇ ਟਮਾਟਰ ਨੂੰ ਖਾਧਾ ਹੋਵੇ। ਰੱਖਣੀ ਕਿਚਨ ਦੇ ਵਿੱਚ, ਤੁਸੀਂ ਮੇਰੇ ਨਾਲ ਰਹਿਣਾ, ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰਨਾ, ਮੇਰੀ ਵੀਡੀਓ ਨੂੰ ਲਾਈਕ ਕਰਨਾ, ਭੈਣ ਭਰਾਵਾਂ ਨੂੰ ਸ਼ੇਅਰ ਕਰਨਾ, ਨਾਲ ਜਿਹੜਾ ਘੰਟੇ ਦਾ ਬਟਨ ਉਹਨੂੰ ਵੀ ਦਬਾ ਦੇਣਾ ਤਾਂ ਕਿ ਮੇਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਬਰ ਵਕਤ ਤੁਹਾਡੇ ਤੱਕ ਪਹੁੰਚ ਸਕੇ। ਅਤੇ ਪਿਆਰਾ ਜਿਹਾ ਕਮੈਂਟ ਵੀ ਕਰਨਾ, ਤੁਹਾਡਾ ਕਮੈਂਟ ਸਾਡਾ ਹੌਸਲਾ ਅਫਜ਼ਾਈ ਦਾ ਬਾਈਸ ਬਣਦਾ। ਅੱਛਾ ਅਤੇ ਇਹ ਸਾਡੇ ਹੈਗੇ ਬਿਸਤਰੇ ਜਿਹੜੇ ਪਏ, ਸੁਬਹਾ ਸੁਬਹਾ ਦਾ ਟਾਈਮ ਹੈ, ਮੈਂ ਜਿਹੜੇ ਹੈਗਾ ਵਾਕ ਕਰਨ ਚਲ ਗਈ, ਬੱਚੇ ਸਾਰੇ ਸਕੂਲ ਚਲ ਗਏ ਨੇ ਅਤੇ ਹੁਣ ਜਿਹੜੇ ਹੈਗੇ ਨੇ ਅਸੀਂ ਬਿਸਤਰੇ ਚੁੱਕਣ ਲੱਗੇ। ਰਾਤ ਨੂੰ ਅਸੀਂ ਬਾਹਰ ਮੰਜੀਆਂ ਕੱਢੀਆਂ ਸੀ, ਗਰਮੀ ਬਹੁਤ ਜ਼ਿਆਦਾ, ਬਾਹਰ ਸੁੱਤੇ, ਲੇਕਿਨ ਮੱਛਰ ਜਿਹੜਾ ਨਾ ਬਹੁਤ ਜ਼ਿਆਦਾ, ਗਰਮੀ ਦੇ ਬਾਵਜੂਦ ਵੀ ਮੱਛਰ ਜਿਹੜਾ ਬਹੁਤ ਜ਼ਿਆਦਾ ਮੱਛਰ ਲੜਦਾ। ਅਤੇ ਲੇਕਿਨ ਬਾਹਰ ਜਿਹੜਾ ਹੈਗਾ ਸਕੂਨ, ਅੰਦਰ ਬਹੁਤ ਜ਼ਿਆਦਾ ਗਰਮੀ ਲੱਗਦੀ, ਗਰਮੀ ਇੰਨੀ ਕੁ ਵੱਧ ਗਈ ਕਿ ਪੱਖੇ ਦੇ ਅੱਗੇ ਵੀ ਪਸੀਨਾ ਜਿਹੜਾ ਨਾ ਨਹੀਂ ਸੁੱਕਦਾ, ਪੱਖੇ ਦੇ ਅੱਗੇ ਵੀ ਪਸੀਨਾ ਜਿਹੜਾ ਨਾ ਆਉਂਦਾ। ਬਿਸਤਰੇ ਚੁੱਕਣੇ, ਮੰਜੀਆਂ ਚੁੱਕਣੇ,